ਹੋਵੇ, ਜਾਤਕਾਂ ਬਜ਼ੁਰਗਾਂ ਅਤੇ ਮਾਈਆਂ ਨੂੰ ਸਲਾਮ ਹੋਵੇ। ਇਹ ਲਾਰੀ ਵਾਲਾ ਇੱਥੇ ਕੁਝ ਦੇਰ ਖਲੋਏਗਾ ਅਤੇ ਸੱਪਾਂ ਵਾਲਾ ਬਾਬਾ ਤੁਸੀਂ ਸੁਣਿਆ ਤਾਂ ਹੋਵੇਗਾ। ਇਹ ਬੱਚਾ ਬੱਚਾ ਅੱਜ ਇਸ ਬਾਬੇ ਨੂੰ ਸਿਆਂਦਾ, ਸੁਰਮਾ ਮੈਂ ਵੇਚਣਾ ਜੱਗ ਸਾਰਾ ਜਾਣਦਾ, ਅਤੇ ਕਿਧਰੇ ਨਾ ਅੱਜ ਇਸ ਸੁਰਮੇ ਦਾ ਜੋੜ ਹੈ ਸੱਤਵੀਆਂ ਬੂਟੀਆਂ ਦੇ ਅਰਖ ਦਾ ਨਿਚੋੜ। ਇਹਨੇ ਕਈਆਂ ਚਸ਼ਮਿਆਂ ਦਾ ਪਾਣੀ ਪੀਤਾ ਹੋਇਆ ਹੈ, ਚੋਈ ਸਾਹਿਬ ਸੌਂਫ ਅਤੇ ਗੁਲਾਬ ਵਿੱਚ ਖਰਲ ਕੀਤਾ ਹੋਇਆ ਹੈ। ਭਾਵੇਂ ਕਿੱਡੀ ਸੁੱਜੀ ਹੋਈ ਆਈ ਹੋਈ ਅੱਖ ਹੋਵੇ, ਲਾਲੀਆਂ ਅਤੇ ਚੋਭਾਂ ਦੀ ਸਤਾਈ ਹੋਈ ਅੱਖ ਹੋਵੇ, ਧੁੰਦ ਹੋਵੇ ਜਾਲਾ ਹੋਵੇ, ਭਾਵੇਂ ਉਹਨੂੰ ਕੁੱਕਰੇ ਅਤੇ ਅੱਖ ਵਿੱਚੋਂ ਪਾਣੀ ਵਗੇ, ਭਾਵੇਂ ਅੱਖ ਰੜਕੇ, ਚੰਨ ਦਾ ਵੀ ਚਾਨਣਾ ਜੇ ਅੱਖਾਂ ਨਹੀਂ ਸਹਿੰਦੀਆਂ, ਉੱਠਦਿਆਂ ਬਹਿੰਦਿਆਂ ਤਰਾਟਾਂ ਮੀਆਂ ਪੈਂਦੀਆਂ, ਜ਼ਬਰਦਸਤ। ਅਸੀਂ ਭਾਵੇਂ ਕਿੱਡੀ ਸੁੱਜੀ ਹੋਈ ਆਈ ਹੋਈ ਅੱਖ ਹੋਵੇ, ਲਾਲੀਆਂ ਅਤੇ ਚੋਭਾਂ ਦੀ ਸਤਾਈ ਹੋਈ ਅੱਖ ਹੋਵੇ, ਧੁੰਦ ਹੋਵੇ ਜਾਲਾ ਹੋਵੇ, ਭਾਵੇਂ ਉਹਨੂੰ ਕੁੱਕਰੇ ਅਤੇ ਅੱਖ ਵਿੱਚੋਂ ਪਾਣੀ ਵਗੇ, ਭਾਵੇਂ ਅੱਖ ਰੜਕੇ, ਚੰਨ ਦਾ ਵੀ ਚਾਨਣਾ ਜੇ ਅੱਖਾਂ ਨਹੀਂ ਸਹਿੰਦੀਆਂ, ਉੱਠਦਿਆਂ ਬਹਿੰਦਿਆਂ ਤਰਾਟਾਂ ਪਈਆਂ ਪੈਂਦੀਆਂ, ਪੀੜ ਮੁੱਕ ਜਾਂਦੀ ਹੈ ਤੇ ਸੋਜ ਲੈ ਜਾਂਦੀ, ਇੱਕੋ ਹੀ ਸਲਾਈ ਨਾਲ ਠੰਡ ਪੈ ਜਾਂਦੀ। ਵੀਹਾਂ ਦੀ ਨਾ ਦਸਾਂ ਦੀ ਨਾ ਪੰਜਾਂ ਵਾਲੀ ਬਾਤ ਹੈ, ਤੇ ਲਾਰੀ ਦੇ ਮੁਸਾਫਰਾਂ ਨੂੰ ਖਾਸ ਹੀ ਰਿਹਾ ਤੇ ਖੱਟ ਕੇ ਚਲਾਣੇ ਨੀ ਮੈਂ ਕਾਰਖਾਨੇ ਮੋਮਨੋ, ਚਾਰ ਆਨੇ ਸਿਰਫ ਚਾਰ ਆਨੇ ਮੋਮਨੋ, ਪਾਏ ਜਿਹੜਾ ਸੁਰਮਾ ਉਹ ਨਾਜ਼ ਕਰ ਸਕਦਾ, ਲੋੜ ਹੋਏ ਜਿਸ ਨੂੰ ਮਹਿਬੂਬਾ ਜੀ ਆਵਾਜ਼ ਕਰ ਸਕਦਾ, ਤੇ ਐਵੇਂ ਮੈਂ ਕੁਰਾਨ ਦੀਆਂ ਕਸਮਾਂ ਨੀ ਚੁੱਕਦਾ, ਦਿਲੋਂ ਨਾ ਮਕਾਈਏ ਤੇ ਵਹਿਮ ਨੀ ਜੀ ਮੁੱਕਦਾ, ਉਹ ਅੱਖ ਜਿਹਾ ਕੈਮਰਾ ਤੇ ਲੱਖ ਦਾ ਨੀ ਲੱਭਦਾ, ਇਹ ਚੁੱਪ ਤੁਹਾਡੀ ਭੁੱਲ ਨਹੀਂ ਤੇ ਹੋਰ ਕੀ ਜੇ ਸੱਜਣੋ, ਉਹ ਚਾਰ ਆਨੇ ਤੇ ਸ਼ੀਸ਼ੀ ਦਾ ਵੀ ਮੁੱਲ ਨੇ ਜੇ ਸੱਜਣੋ, ਡੇਰੇ ਤੋਂ ਮੰਗਵਾਓ ਤੇ ਨਿਰਖ ਮਾਲ ਵੱਖਰਾ, ਡਾਕ ਦਾ ਮਸੂਲ ਤੇ ਕਿਰਾਇਆ ਨਾਲ ਵੱਖਰਾ, ਇਹ ਕਿਹੜੀ ਸੀਟ ਵਾਲਿਆਂ ਬਜ਼ੁਰਗਾਂ ਬੁਲਾਇਆ ਜੇ, ਪੈਸੇ ਚੌਧਰੀ ਉਹਦਾ ਕੰਮ ਆਪਣਾ ਰਹਿਮਾ ਹੁੰਦਾ, ਬੈਠੇ ਨੇ ਐਵੇਂ ਕੱਲੇ ਬੈਠੇ ਮੂਡ ਜਿਹਾ ਬਣਿਆ, ਤੇ ਚੌਧਰੀ ਜਿਹਨਾਂ ਦਾ ਦਿਲ ਬੜੇ ਚਸਕੇ ਚੁਸਕੇ ਲਾਉਂਦੇ ਨੇ ਨਾ, ਤੇ ਉਹ ਸ਼ੂਗਰ ਲਾਉਣ ਤੇ ਰਹਿਮੇ ਨਾਲ ਦਿਲ ਕਰ ਰਿਹਾ, ਤੇ ਉਹ ਚੌਧਰੀ ਯਾਰਾਂ ਜਿਹੜੀ ਗੱਲ ਕਰਨੀ ਹੁੰਦੀ ਹੈ ਨਾ ਜੀ, ਉਹ ਰਹਿਮਾ ਜਿਹੜਾ ਉਹਨੂੰ ਆਪਣਾ ਨਾ ਬੜੀ ਜਿਹੜੀ ਅੱਛੀ ਕੋਈ ਗੱਲ ਕਰੇ ਤਾਂ ਉਹਨੂੰ ਚੁੱਕ ਲੈ ਜਾਂਦਾ ਉਦਾਂ, ਅਤੇ ਜਿਹੜੀ ਕੋਈ ਗੱਲ ਜ਼ਰਾ ਉਹੋ ਜਿਹੀ ਕਰੇ ਨੈਗੇਟਿਵ ਜੀ, ਉਹਨੂੰ ਥੱਲੇ ਤੱਕ ਸੱਟਦਾ, ਅਤੇ ਉਹ ਫਿਰ ਤੁਹਾਨੂੰ ਪਤਾ ਲੱਗੇਗਾ ਇਹਦੇ 'ਚ ਕਿਵੇਂ ਥੱਲੇ ਸੱਟਦਾ ਅਤੇ ਕਿਵੇਂ ਆਪਣਾ। ਚੌਧਰੀ ਜੀ ਮਸ਼ਵਰਾ ਕਰਦੇ ਆ, ਰਹਿਮੇ ਆ ਅੱਜ ਕੀ ਪਕਾਈਏ, ਦੱਸ ਤੇਰਾ ਕੀ ਖਿਆਲ ਹੈ? ਕਹਿੰਦਾ ਚੌਧਰੀ ਸਾਹਿਬ ਮੈਂ ਕੀ ਖਿਆਲ ਦੱਸਾਂ, ਮੇਰੀ ਕੀ ਮਜਾਲ ਹੈ? ਕਹਿੰਦਾ ਫਿਰ ਆਪਣਾ ਰਹਿਮਿਆਂ 'ਚ ਚਸਕੇ ਨਾ ਲਾ ਲਈਏ, ਲੱਭ ਜਾਣੇ ਚੰਗੀਆਂ ਅਤੇ ਭਿੰਡੀਆਂ ਪਕਾ ਲਈਏ। ਕਹਿੰਦਾ ਚੌਧਰੀ ਸਾਹਿਬ ਬਹੁਤ ਤੁਸੀਂ ਲੱਭੀਆਂ ਨੇ ਦਿਲਾਂ ਦੀਆਂ ਚੋਰੀਆਂ, ਮੇਰਾ ਵੀ ਇਹ ਦਿਲ ਸੀ ਪਕਾਈ ਅੱਜ ਤੋਰੀਆਂ, ਲੂਹਾਂ ਵਾਲੀ ਭਿੰਡੀ ਹੋਵੇ, ਪੋਟਾ ਪੋਟਾ ਲੰਬੀ ਹੋਵੇ, ਸੋਹਣੀ ਹੋਵੇ, ਕੂਲੀ ਹੋਵੇ, ਹਰੀ ਅਤੇ ਕਚੂਰ ਹੋਵੇ, ਅਤੇ ਵਿੱਚ ਹੋਣ ਬੱਕਰੇ ਦੀ ਪੁੱਠ ਦੀਆਂ ਬੋਟੀਆਂ, ਅਤੇ ਨਾਲ ਹੋਣ ਛਿੰਡੀਆਂ ਤੰਦੂਰੀ ਦੀਆਂ ਰੋਟੀਆਂ, ਮੱਖਣੇ ਦਾ ਪੇੜਾ ਹੋਵੇ, ਲੱਸੀ ਦਾ ਪਿਆਲਾ ਹੋਵੇ, ਭਿੰਡੀਆਂ ਦੇ ਨਖਰੇ ਅਤੇ ਗਰਮ ਮਸਾਲਾ ਹੋਵੇ। ਕਹਿੰਦਾ ਜੀ ਭਿੰਡੀਆਂ ਬਣਾਉਣਾ ਵੀ ਤਾਂ ਕੋਈ ਕੋਈ ਜਾਣਦਾ, ਰਿੰਨਾ ਪਕਾਉਣਾ ਵੀ ਤਾਂ ਕੋਈ ਕੋਈ ਜਾਣਦਾ। ਚੌਧਰੀ ਸ਼ਾਹ ਸਾਹਿਬ ਕਿੱਧਰ ਗਏ ਨੇ? ਚਲੋ ਆਪਣਾ ਭਿੰਡੀਆਂ ਲੈ ਕੇ ਦਾਈ ਵਾਲਾ ਬਕਸਾ ਲੈ ਆਇਆ। ਅੱਛਾ ਚੌਧਰੀ ਸ਼ਾਹਿਬ ਕੋਈ